ਹੈ ਤੀਜਾ ਪਾਰਟ ਤੇ ਟ੍ਰੈਕਟਰ ਨਵਾਂ ਕਢਾ ਲਿਆ ਉਹਦੇ ਉਹ ਕਮੈਂਟ ਆਏ ਸੀ ਆਹ ਕਢਾਓ ਆਹ ਕਢਾਓ ਮੈਂ ਫਿਰ ਕਮੈਂਟ ਪੜ੍ਹ ਕੇ ਉਹਦੀ ਕਢਾ ਲਿਆ ਅਤੇ ਉਹਦੀਆਂ ਮਸਾਲਾ ਤੁਹਾਨੂੰ ਹਲਾ ਦੇ ਹੁਣ ਬਸ ਇਹ ਵੀਡੀਓ 'ਚ ਆਪਾਂ ਇੱਕ ਗੱਡੀ ਕਢਾਵਾਂਗੇ ਅਤੇ ਬਾਕੀ ਵੇਖੋ ਕੀ ਕੁਛ ਕਰਦੇ ਹਾਂ ਗੱਡੀ ਕਢਾਵਾਂਗੇ ਇੱਕ ਸੋਹਣੀ ਜਿਹੀ ਕਢਾ ਲੈਂਦੇ ਹਾਂ ਮੈਂ ਕੱਢੀ ਹੋਈ ਆ ਰੰਗ ਚੇਂਜ ਹੁੰਦੇ ਨੇ ਆ ਰਹੀ ਮਿੱਤਰੋਂ ਗੱਡੀ ਖਰੀਦ ਲੈਂਦੇ ਹਾਂ ਕਿਹੜਾ ਰੰਗ ਕਰੀਏ ਮਿੱਤਰੋਂ ਕਾਲਾ ਕਰ ਲੈਂਦੇ ਹਾਂ ਮਿੱਤਰੋਂ ਗੱਡੀ ਆਪਾਂ ਲੈ ਲਈ ਇਹ ਵੀ ਵਿਹਲੀ ਨਹੀਂ ਛੱਡਣਾ ਕੰਮ ਇਹ ਤੋਂ ਵੀ ਲੈਣਾ ਪੰਜ ਦੀ ਤਾਂ ਬਹੁਤ ਆ 80 ਦੀ ਸਪੀਡ ਨਾਲ ਜਾਂਦੀ ਟ੍ਰੈਕਟਰ ਜਾਵੇ ਤਾਂ ਬਹੁਤ ਜ਼ਿਆਦਾ ਹੋਊਗੇ ਲਓ ਜੀ ਇਹ ਨਵੀਂ ਕਦੇ ਸਕਰੈਚ ਨਾ ਪੈ ਜੀ ਔਰ ਪੈਂਦਾ ਨੀਗਾ ਇਹ ਵੀ ਗੱਡੀ ਮੂਰ ਹੁੰਦਾ ਬਸ ਇਹ ਚਲਾਉਂਦੇ ਆਪਾਂ ਗਾਂਗਾ ਪਸੂ ਵੇਖੀ ਬੜਾ ਭਾਈਦੇ ਆ ਮਤਲਬ ਹੌਲੀ 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 ਬੈਕ ਕਰ ਲਾ ਅਤੇ ਇਹਦੇ ਨਾਲ ਟਰਾਲ ਰੱਖਿਆ ਹੋਇਆ ਬੜੀ ਸਪੀਡ ਨਾਲ ਜਾਂਦੀ ਇੱਦਾਂ ਤਾਂ ਆਪਣੇ ਟਰੈਕਟਰ ਛੱਡਤੇ ਜਾ ਲੈਣਾ ਆ ਵੀ ਭਰਿਆ ਪਿਆ ਟਰਾਲਾ ਇੱਥੇ ਖੜਾ ਵਾ ਅਤੇ ਭਰਦੇ ਹਾਂ ਇੱਥੋਂ ਇੱਧਰੋਂ ਇਹ ਹੌਲੀ ਜਿਹੜੇ ਭਰਦੇ ਨੇ ਇੱਥੇ ਇੱਥੋਂ ਭਰ ਦਿੱਤਾ ਤੇ ਹੁਣ ਜਿੱਥੇ ਜਿੱਥੇ ਇੱਥੇ ਭੇਜ ਦਿੰਦੇ ਹਾਂ ਅਤੇ ਗੱਡੀ ਆਪਾਂ ਭੇਜ ਦਿੰਦੇ ਹਾਂ ਇੱਥੇ ਠੀਕ ਹੈ ਆਪਣਾ ਟਰੈਕਟਰ ਲੈ ਕੇ ਚੱਲਦੇ ਹਾਂ ਟਰੈਕਟਰ ਲੈ ਕੇ ਚੱਲਦੇ ਹਾਂ ਅਤੇ ਨਵਾਂ ਹਲ ਅਤੇ ਹਲ ਇੱਕ ਟਰੈਕਟਰ ਲਾਇਆ ਹੋਇਆ ਆਪਣਾ ਅਤੇ ਦੂਜੇ ਨੂੰ ਵੀ ਉੱਥੇ ਲਾ ਦਿੰਦੇ ਹਾਂ ਅਗਲੇ ਕਿਲੇ 'ਚ ਬਹੁਤ ਪੁਰਾਣਾ ਟਰੈਕਟਰ ਆਪਣਾ ਇਹਦੇ ਨਾਲ ਬਹੁਤ ਸੀ ਕਿਰਾਏ 'ਤੇ ਦੇ ਦਿੰਦੇ ਨਾਲ ਉੱਥੇ ਬਹੁਤ ਕੰਮ ਕਰ ਲੈਂਦੇ ਲੋਕ ਅਤੇ ਉਹ ਵੀ ਮੈਂ ਹਲ ਹੁਣ ਬੋਲਣਾ ਇਹਦੇ ਨਾਲ ਅੱਗੇ ਤਾਂ ਇਹ ਉਹਦਾ ਨਾ ਆਲੂ ਵਾਲੀ ਮਸ਼ੀਨ 'ਤੇ ਵੀ ਲੱਗਿਆ ਹੁੰਦਾ ਵਾ ਗੱਠਾਂ ਵਾਲੀ ਮਸ਼ੀਨ 'ਤੇ ਵੀ ਹੁੰਦਾ ਪਿਛਲੀ ਵਾਰੀ ਤੂੜੀ ਵਾਲੀ 'ਤੇ ਵੀ ਇਹ ਸੀਗਾ ਇਹਦਾ ਬਹੁਤ ਸਾਰੇ ਚੀਜ਼ਾਂ 'ਤੇ ਹੁੰਦਾ ਬਹੁਤ ਕੰਮ ਲੈਂਦਾ ਇਹਦੇ ਤੋਂ ਤਾਂ ਕਰਕੇ ਆਪਣੇ ਪੈਸੇ ਵਸੂਲ ਇਹਦੇ ਤੋਂ ਆਪਾਂ ਕਰ ਚੁੱਕੇ ਹਾਂ ਅਤੇ ਉਹ ਵੀ ਭਰੀ ਭਰੀ ਵਾ ਗੱਡੀ ਜਾਂਦੀ ਹੋਈ ਆ ਮੇਰੇ ਵੀਰੋ ਆਹੀ ਕਿੱਲਾ ਆਪਣਾ ਵਾਹੁਣ ਵਾਲਾ ਹੈ ਅਤੇ ਟਰੈਕਟਰ ਆ ਗਿਆ ਹੁਣ ਦੋ ਦੋ ਕੋਈ ਚੱਕਰ ਦੀ ਗੱਲ ਨਹੀਂ ਗਿਆ ਆ ਵੀ ਭਰਿਆ ਪਿਆ ਗੱਡੀ ਆਪਣੀ ਪਹੁੰਚ ਚੁੱਕੀ ਹੈ ਅਤੇ ਨਾਲ ਜਿਹਨੂੰ ਲਾਉਣਾ ਲਓ ਜੀ ਆਲੂ ਆਪਣੇ ਨੂੰ ਟਰਾਲੇ 'ਚ ਪੈਣੇ ਸ਼ੁਰੂ ਹੋ ਗਏ ਨੇ ਅਤੇ ਹੁਣ ਅਸੀਂ ਮੋੜ ਕੇ ਲਗਾ ਦਿੰਦੇ ਹਾਂ ਆਪਣੀ ਗੱਡੀ ਨੂੰ ਅਤੇ ਲੱਗ ਗਿਆ ਵਾ ਹੁਣ ਵੀ ਲੱਗ ਗਈ ਅਤੇ ਹੁਣ ਇਹ ਵੀ ਪਵਾ ਕੇ ਤੋੜ ਦਿੰਦੇ ਟਰੈਕਟਰ ਨੂੰ ਇਹ ਵੀ ਭਰ ਕੇ ਟਰਾਲ ਦੇ ਨੂੰ ਵੀ ਇੱਥੇ ਕਹਿਣ ਡਿਆ ਕਿ ਵੇਚ ਆ ਬਈ ਅਤੇ ਹੁਣ ਆਪਾਂ ਇਹ ਤਾਂ ਨਹੀਂ ਵੇਚਣੀ ਕਣਕ ਰੇਹੜੇ ਵਿੱਚ ਵੇਚਾਂਗੇ ਅਤੇ ਲਓ ਜੀ ਆ ਵੀ ਪੱਟੀ ਆਉਂਦੀ ਆ ਵੀ ਪੱਟੀ ਆਉਂਦੀ ਆ ਓਕੇ ਲਓ ਇਹ ਮਿੱਤਰੋ
ये वाली वीडियो च इन्ना ही। जे पसंद आई तो सबसक्राइब तो लाइक जरूर कर दौ। तो हम आप मिलेंगे अगली वीडियो में। धन्यवाद।